ਪੰਜਾਬ ਦੇ ਅੰਮ੍ਰਿਤਸਰ ਸਥਿਤ ਗੋਲਡਨ ਟੈਂਪਲ ਵਿੱਚ ਆਪਰੇਸ਼ਨ ਬਲੂ ਸਟਾਰ ਨੂੰ ਲੀਡ ਕਰਨ ਵਾਲੇ ਜਨਰਲ ਕੁਲਦੀਪ ਬਰਾੜ ਨੇ 39 ਸਾਲ ਬਾਅਦ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਕੁਲਦੀਪ ਸਿੰਘ ਬਰਾੜ ਨੇ ਸਪਸ਼ਟ ਕਿਹਾ ਕਿ ਭਿੰਡਰਾਂਵਾਲਾ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸ਼ੈ ਮਿਲੀ ਸੀ ਅਤੇ ਉਸ ਨੂੰ ਰੋਕਣ ਦੇ ਵਿੱਚ ਦੇਰੀ ਕੀਤੀ ਗਈ। ਜਨਰਲ ਬਰਾੜ ਨੇ ਇੱਕ ਨਿਊਜ਼ ਏਜੰਸੀ ਨੂੰ ਇੰਟਰਵਿਊ ਦੇਣ ਦੇ ਵਿੱਚ ਕਿਹਾ ਕਿ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੈ। ਖਾਲਿਸਤਾਨ ਦੀ ਮੰਗ ਉੱਠਣ ਲੱਗੀ ਸੀ। ਭਿੰਡਰਾਂਵਾਲਾ ਦਾ ਪੰਜਾਬ ਵਿੱਚ ਰੁਤਬਾ ਬਣਨ ਲੱਗਿਆ ਸੀ। ਭਿੰਡਰਾਂਵਾਲਾ ਨੂੰ ਸਟੇਟ ਯਾਨੀ ਕਿ ਕੇਂਦਰ ਸਰਕਾਰ ਦੀ ਪੂਰੀ ਸ਼ੈ ਮਿਲ ਰਹੀ ਸੀ। ਸਾਲ ਭਰ ਦੇ ਵਿੱਚ ਭਿੰਡਰਾਂਵਾਲਾ ਅਰਸ਼ ਤੱਕ ਪਹੁੰਚ ਚੁੱਕੇ ਸੀ ਅਤੇ ਇਹ ਸਭ ਇੰਦਰਾ ਗਾਂਧੀ ਦੇ ਸਾਹਮਣੇ ਹੋ ਰਿਹਾ ਸੀ। ਤਦ ਤਤਕਾਲੀ ਪੀਐਮ ਇੰਦਰਾ ਗਾਂਧੀ ਨੇ ਹਮਲਾ ਕਰਨ ਦਾ ਆਦੇਸ਼ ਦਿੱਤਾ। ਇੰਨਾ ਹੀ ਨਹੀਂ, ਬਲੂ ਸਟਾਰ ਆਪਰੇਸ਼ਨ ਦੇ ਸਮੇਂ ਉਹਨਾਂ ਨੂੰ ਚੁਣਿਆ ਗਿਆ। ਉਹਨਾਂ ਨੂੰ ਇਹ ਸੋਚ ਕੇ ਚੁਣਿਆ ਗਿਆ ਕਿ ਜਨਰਲ ਕੁਲਦੀਪ ਇੱਕ ਫੌਜੀ ਹੈ। ਇੱਕ ਵਾਰ ਵੀ ਇਹ ਨਹੀਂ ਦੇਖਿਆ ਕਿ ਉਹ ਸਿੱਖ ਹੈ, ਹਿੰਦੂ ਹੈ ਜਾਂ ਪਾਰਸੀ। ਗੋਲਡਨ ਟੈਂਪਲ ਵਿੱਚ ਆਪਰੇਸ਼ਨ ਬਲੂ ਸਟਾਰ ਨੂੰ ਹੋਏ ਚਾਹੇ 39 ਸਾਲ ਹੋ ਚੁੱਕੇ ਨੇ, ਪਰ ਜਨਰਲ ਬਰਾੜ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਲਚਲ ਵਧਣ ਦੇ ਆਸਾਰ ਹੈ। ਇੰਨੇ ਸਾਲਾਂ ਤੋਂ ਬਾਅਦ ਵੀ ਸਿੱਖਾਂ ਵਿੱਚ ਬਲੂ ਸਟਾਰ ਆਪਰੇਸ਼ਨ ਨੂੰ ਲੈ ਕੇ ਗੁੱਸਾ ਹੈ। ਅੱਜ ਵੀ ਗਾਂਧੀ ਪਰਿਵਾਰ ਨੂੰ ਗੋਲਡਨ ਟੈਂਪਲ ਦੇ ਵਿੱਚ VIP ਟ੍ਰੀਟਮੈਂਟ ਨਹੀਂ ਮਿਲਦਾ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਅੱਜ ਵੀ ਸਿਰੋਪਾ ਨਹੀਂ ਦਿੱਤਾ ਜਾਂਦਾ। 1984 ਵਿੱਚ ਕੁਲਦੀਪ ਬਰਾੜ ਦੀ ਅਗਵਾਈ ਹੇਠ ਸੈਨਾ ਨੇ ਆਪਰੇਸ਼ਨ ਬਲੂ ਸਟਾਰ ਚਲਾਇਆ ਸੀ। ਗੋਲਡਨ ਟੈਂਪਲ ਦੇ ਅੰਦਰ ਲੁਕੇ ਖਾਲਿਸਤਾਨੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਭਾਰਤੀ ਸੈਨਾ ਸਿੱਖਾਂ ਦੇ ਸਭ ਤੋਂ ਪਵਿੱਤਰ ਥਾਂ ਗੋਲਡਨ ਟੈਂਪਲ ਵਿੱਚ ਦਾਖਲ ਹੋਈ। ਇਸ ਕਾਰਵਾਈ ਵਿੱਚ ਸੈਂਕੜੇ ਲੋਕੀ ਮਾਰੇ ਗਏ। ਮਰਨ ਵਾਲਿਆਂ ਦੇ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਸੀਗਾ, ਜਿਸ ਦੇ ਨੇਤਰਤਵ ਵਿੱਚ ਕੱਟੜਪੰਥੀ ਸਿੱਖਾਂ ਦੇ ਲਈ ਇੱਕ ਵੱਖ ਦੇਸ਼ ਖਾਲਿਸਤਾਨ ਦੀ ਮੰਗ ਕਰ ਰਹੇ ਸੀ।